ਸਾਰੀ ਤਿਆਰੀ ਹੋ ਚੁੱਕੀ ਆ, ਹੁਣ ਅਸੀਂ ਇਹਨਾਂ ਦੀ ਗੱਲ ਮੇਰਾ ਖਿਆਲ ਨਾ ਹੀ ਸੁਣੀਏ ਤਾਂ ਵਧੀਆ ਗੱਲ ਆ, ਅਸੀਂ ਸੁਣਨੀ ਵੀ ਹੈ ਨਹੀਂ, ਔਰ ਅਸੀਂ ਕੱਲ੍ਹ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ। ਜਦੋਂ ਇੱਥੇ ਹਥਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ, ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ, ਸਿਸਟਮ ਇਹਨਾਂ ਦਾ ਖਰਾਬ ਹੁੰਦਾ, ਔਰ ਪੈਸੇ ਅਗਲਾ ਭਰਦਾ, ਅਗਲੇ ਦੇ ਅਕਾਊਂਟ 'ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ, ਤਾਂ ਵੀ ਡਬਲ ਪੈਸੇ ਲੈਂਦੇ ਆ, ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ? ਇੱਥੇ 115 ਕਿਲੋਮੀਟਰ ਦੀ ਸੜਕ ਆ ਇਸ ਟੂਲ ਨੂੰ ਪੈਂਦੀ, ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ, ਕੋਈ ਨਵੀਂ ਸੜਕ ਬਣਦੀ ਆ, ਕੀ ਬਣਦਾ ਇਹਦੇ ਵਿੱਚ, ਕੋਈ ਨਵੀਂ ਸਾਨੂੰ ਵਿਵਸਥਾ ਦੇ ਰਹੇ ਆ? ਗਡਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿਨ੍ਹਾਂ ਟੂਲਾਂ ਦੇ ਉੱਪਰ ਸੁਵਿਧਾ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ, ਇਹਨਾਂ ਕੋਲ ਸੁਵਿਧਾ ਹੀ ਹੈ ਨਹੀਂ ਕੋਈ ਵੀ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਬੀਤੇ 14 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ਾ ਬੰਦ ਕੀਤਾ ਗਿਆ ਹੈ, ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਡਟੇ ਹੋਏ ਨੇ। ਅਤੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਕੱਲ੍ਹ ਯਾਨੀ ਕਿ ਧਰਨੇ ਦੇ 15ਵੇਂ ਦਿਨ ਲਾਡੋਵਾਲ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ, ਕੈਬਿਨਾਂ ਨੂੰ ਤਾਲੇ ਲਗਾ ਦਿੱਤੇ ਜਾਣਗੇ। ਦੱਸ ਦਈਏ ਕਿ ਬੀਤੇ 5 ਦਿਨਾਂ ਤੋਂ ਲਾਡੋਵਾਲ ਟੋਲ ਪਲਾਜ਼ੇ ਦੇ ਵਿੱਚ 15 ਕਰੋੜ ਰੁਪਏ ਦਾ ਘਾਟਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਜੋ ਪਹਿਲਾਂ ਰੇਟ ਚੱਲਦੇ ਸੀ ਜਾਂ ਤਾਂ ਉਹੀ ਰੇਟ ਲਾਗੂ ਕੀਤੇ ਜਾਣ ਜਾਂ ਫਿਰ ਟੋਲ ਪਲਾਜ਼ਾ ਬੰਦ ਕੀਤਾ ਜਾਵੇ। ਇਸ ਦੇ ਨਾਲ ਕਿਸਾਨਾਂ ਦੀ ਮੰਗ ਸੀ ਕਿ ਪੰਜਾਬੀ ਮੁੰਡੇ ਕੁੜੀਆਂ ਨੂੰ ਹੀ ਇਸ ਟੋਲ ਪਲਾਜ਼ਾ ਦੇ ਉੱਤੇ ਅਤੇ ਬਾਕੀ ਹੋਰ ਟੋਲ ਪਲਾਜ਼ਿਆਂ ਦੇ ਉੱਤੇ ਨਿਯੁਕਤ ਕੀਤਾ ਜਾਵੇ। ਮੇਰਾ ਨਾਮ ਦਿਲਬਾਗ ਸਿੰਘ ਗਿੱਲਾ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਟੇਟ ਪ੍ਰੈਜ਼ੀਡੈਂਟ। ਸਰ, ਕਿੰਨੇ ਦਿਨ ਹੋ ਗਏ ਅੱਜ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ, ਟੋਲ ਪਲਾਜ਼ਾ ਲਗਾਤਾਰ ਫ੍ਰੀ ਕੀਤਾ ਹੋਇਆ ਜੀ? ਅੱਜ 14 ਦਿਨ ਹੋ ਗਿਆ ਸਾਨੂੰ। ਹਾਂਜੀ, ਕੱਲ੍ਹ 15ਵਾਂ ਦਿਨ। ਅੱਛਾ ਜੀ, ਅੱਜ 14 ਦਿਨ ਪੂਰੇ ਹੋ ਗਏ, ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ। ਅੱਛਾ ਜੀ, ਅਤੇ ਨਾ ਕੋਈ NHA ਦਾ ਆਇਆ, ਨਾ ਕੋਈ ਸਟੇਟ ਗੌਰਮੈਂਟ ਦਾ ਆਇਆ, ਨਾ ਕੋਈ ਸੈਂਟਰ ਗੌਰਮੈਂਟ ਦਾ ਆਇਆ, ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ। ਅੱਛਾ ਜੀ, ਹੁਣ ਕੀ ਫੈਸਲਾ ਲਿਆ ਗਿਆ? ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ, ਸਾਡੇ ਟੈਕਸੀ ਯੂਨੀਅਨ, ਟੈਂਪੂ ਯੂਨੀਅਨ, ਟਰੱਕ ਯੂਨੀਅਨ, ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਕਿ ਆਹ ਦੇਖੋ ਤੁਸੀਂ ਇੱਧਰ ਨੂੰ ਦੇਖ ਸਕਦੇ ਹੋ, ਟੈਂਟ ਲੱਗ ਗਿਆ ਔਰ ਸਾਰੀ ਤਿਆਰੀ ਹੋ ਚੁੱਕੀ ਆ, ਹੁਣ ਅਸੀਂ ਇਹਨਾਂ ਦੀ ਗੱਲ ਮੇਰਾ ਖਿਆਲ ਨਾ ਹੀ ਸੁਣੀਏ ਤਾਂ ਵਧੀਆ ਗੱਲ ਆ, ਅਸੀਂ ਸੁਣਨੀ ਵੀ ਹੈ ਨਹੀਂ, ਔਰ ਅਸੀਂ ਕੱਲ੍ਹ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ, ਔਰ ਤਾਲੇ ਲਾ ਕੇ ਇਹਨੂੰ ਉਨੀ ਚਿਰ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਲਾਉਣਾ ਵੀ ਹੋਊਗਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਖੋਲ ਸਕਦੇ ਆ, ਨਹੀਂ ਤਾਂ ਨਹੀਂ ਖੋਲ ਸਕਦੇ। ਸਰ, ਸੱਦਾ ਦਿੱਤਾ ਗਿਆ, ਲਗਾਤਾਰ ਪੈਂਫਲੇਟ ਵੰਡੇ ਗਏ ਆ, ਸੋ ਕਿੰਨੇ ਕੁ ਲੋਕਾਂ ਦੀ ਕੱਲ੍ਹ ਪਹੁੰਚਣ ਦੀ ਉਮੀਦ ਹੈਗੀ, ਕਿਹੜੇ ਕਿਹੜੇ ਲੋਕ ਆ? ਕੱਲ੍ਹ ਜਥੇਬੰਦੀਆਂ 'ਚੋਂ ਤਕੜਾ ਇਕੱਠ ਹੋ ਰਿਹਾ ਜੀ, ਅਤੇ ਸਾਡੇ ਜਿਹੜੇ KMM ਦੇ ਲੀਡਰ ਨੇ ਉਹ ਕੱਲ੍ਹ ਸਾਰੇ ਆ ਰਹੇ ਨੇ, ਉਹਨਾਂ 'ਚੋਂ ਜਿਹੜਾ ਵਫਦ ਉੱਥੇ ਮੀਟਿੰਗ ਚੱਲਦੀ ਪਈ ਆ, ਇੱਕ ਉਹਨਾਂ 'ਚੋਂ ਵਫਦ ਬਣ ਜੂਗਾ ਇੱਥੇ, ਜਿਨ੍ਹਾਂ ਨੇ ਇੱਥੇ ਆਉਣਾ ਡੈਲੀਗੇਸ਼ਨ ਉਹ ਇੱਥੇ ਡੈਲੀਗੇਸ਼ਨ। ਬਾਗ ਜੀ, ਲਗਾਤਾਰ ਮੈਂਬਰ ਪਾਰਲੀਮੈਂਟ ਹੈਗੇ ਜਿਹੜੇ, ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਸੀ, ਕੇਂਦਰੀ ਮੰਤਰੀ ਨੂੰ ਸਵਾਲ ਕੀਤਾ ਗਿਆ ਸੀ, ਉਹ ਕਹਿੰਦੇ ਵੀ ਇਹ ਪੰਜਾਬ ਸਰਕਾਰ ਦੇਖੇ, ਕਾਨੂੰਨ ਵਿਵਸਥਾ ਦੇਖੇ, ਕਹਿੰਦੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਆ, ਕਿਤੇ ਨਾ ਕਿਤੇ ਉਹ ਇਹ ਜਵਾਬ ਦੇ ਰਹੇ ਨੇ। ਜਦੋਂ ਇੱਥੇ ਹਥਿਆਰ ਰੱਖ ਕੇ ਲੋਕਾਂ ਨੂੰ ਕੁੱਟਿਆ ਜਾਂਦਾ, ਲੋਕਾਂ ਤੋਂ ਧੱਕੇ ਨਾਲ ਪੈਸੇ ਵਸੂਲ ਕੀਤੇ ਜਾਂਦੇ ਆ, ਸਿਸਟਮ ਇਹਨਾਂ ਦਾ ਖਰਾਬ ਹੁੰਦਾ, ਔਰ ਪੈਸੇ ਅਗਲਾ ਭਰਦਾ, ਅਗਲੇ ਦੇ ਅਕਾਊਂਟ 'ਚ ਪੈਸੇ ਹੁੰਦੇ ਵੀ ਇਹਨਾਂ ਦਾ ਸਿਸਟਮ ਨਹੀਂ ਚੱਲਦਾ, ਤਾਂ ਵੀ ਡਬਲ ਪੈਸੇ ਲੈਂਦੇ ਆ, ਉਦੋਂ ਕਾਨੂੰਨ ਵਿਵਸਥਾ ਕਿੱਥੇ ਗਈ ਆ? ਜੇ ਅੱਜ ਇਹਨਾਂ ਨੂੰ ਕਾਨੂੰਨ ਵਿਵਸਥਾ ਦਿਖਦੀ ਆ, ਅਸੀਂ ਆਪਣੇ ਹੱਕਾਂ ਲਈ ਬੈਠੇ ਹਾਂ, ਲੋਕਾਂ ਦੇ ਹੱਕਾਂ ਲਈ ਬੈਠੇ ਹਾਂ, ਜਿਨ੍ਹਾਂ ਦੇ ਕੋਲੋਂ ਨਿੱਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਹਾਂ, ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣ ਆਪ ਟ੍ਰੈਫਿਕ ਚੱਲਦੀ, ਕੋਈ ਟ੍ਰੈਫਿਕ 'ਚ ਵਿਘਨ ਪਿਆ, ਕਾਨੂੰਨ ਵਿਵਸਥਾ ਉੱਥੇ ਖਰਾਬ ਹੁੰਦੀ ਹੈ ਜਿੱਥੇ ਅਸੀਂ ਟ੍ਰੈਫਿਕ ਰੋਕੀਏ, ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਈਏ ਉੱਥੇ ਟ੍ਰੈਫਿਕ। ਅਸੀਂ ਤਾਂ ਇੱਕ ਟੂਲ ਰੋਕਿਆ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ,
ਔਰ ਉਹ ਉਹਦੇ 'ਚ ਕੋਈ ਕਾਨੂੰਨ ਵਿਵਸਥਾ ਖਰਾਬ ਨਹੀਂ ਹੁੰਦੀ। ਕਹਿੰਦੇ ਨੇ, ਕਹਿੰਦੇ ਵੀ ਮੇਰੀ ਗੱਲ ਹੋਈ ਹੈ ਉਹਦੇ ਸੈਕਟਰੀ ਨਾਲ, ਉਹ ਕਹਿੰਦੇ ਵੀ ਪੂਰੇ ਜਿਹੜੇ NHAI ਦੇ ਸਾਰੇ ਪੂਰੇ ਇੰਡੀਆ 'ਚ ਜਿਹੜੇ ਟੋਲ ਟੈਕਸ ਵਧਾਏ ਗਏ ਨੇ, ਇਕੱਲੇ ਪੰਜਾਬ 'ਚ ਨਹੀਂ ਵਧਾਏ, ਉਹ ਕਹਿੰਦੇ ਵੀ ਪੂਰੇ ਇੰਡੀਆ 'ਚ ਵਧੇ ਨੇ। ਸਾਨੂੰ ਕਾਰਨ ਦੱਸੋ ਕਿਉਂ ਵਧੇ ਨੇ? ਇੱਥੇ 115 ਕਿਲੋਮੀਟਰ ਦੀ ਸੜਕ ਆ ਇਸ ਟੂਲ ਨੂੰ ਪੈਂਦੀ, ਇਹਦੇ ਵਿੱਚ ਕੋਈ ਨਵਾਂ ਪੁਲ ਬਣਦਾ, ਕੋਈ ਨਵੀਂ ਸੜਕ ਬਣਦੀ ਆ, ਕੀ ਬਣਦਾ ਇਹਦੇ ਵਿੱਚ, ਕੋਈ ਨਵੀਂ ਸਾਨੂੰ ਵਿਵਸਥਾ ਦੇ ਰਹੇ ਹਾਂ। ਗਡਕਰੀ ਸਾਹਿਬ ਦਾ ਬਿਆਨ ਨਹੀਂ ਸੁਣਿਆ ਤੁਸੀਂ ਕਿ ਜਿਨ੍ਹਾਂ ਟੂਲਾਂ ਦੇ ਉੱਪਰ ਸੁਵਿਧਾ ਨਹੀਂ ਹੈਗੀ ਉਹ ਟੋਲ ਨਹੀਂ ਲੈ ਸਕਦੇ? ਇਹਨਾਂ ਕੋਲ ਸੁਵਿਧਾ ਹੀ ਹੈ ਨਹੀਂ ਕੋਈ ਵੀ। ਇਹ ਆ ਸਾਹਮਣੇ ਸਤਲੁਜ ਦਾ ਪੁਲ ਆ, ਪੁਲ ਸਾਰਾ ਖਸਤਾ ਹਾਲਤ 'ਚ ਆ। ਆਹ ਲੌਡੂਵਾਲ ਦਾ ਪੁਲ ਆ, ਉਹ ਖਸਤਾ ਹਾਲਤ 'ਚ ਆ। ਪਰਲੇ ਬੰਨੇ ਸਰਹੰਦ ਵਾਲਾ ਪੁਲ ਆ, ਉਹ ਖਸਤਾ ਹਾਲਤ 'ਚ ਆ। ਸੜਕ ਕਿਤੇ ਨਹੀਂ ਚੱਲਦੀ, ਪਾਣੀ ਦੀ ਅਵਸਥਾ ਇਹਨਾਂ ਕੋਲ ਕੋਈ ਨਹੀਂ, ਲੈਟਰਿੰਗ ਬਾਥਰੂਮ ਨਹੀਂ ਹੈਗੇ, ਔਰ ਲਾਈਟਾਂ ਇਹਨਾਂ ਦੀਆਂ ਬੰਦ ਪਈਆਂ ਨੇ। ਦੱਸੋ ਇਹ ਟੋਲ ਲੈਣ ਦੇ ਹੱਕਦਾਰ ਨੇ? ਵੱਡੀ ਗਿਣਤੀ 'ਚ ਟਰੱਕ ਯੂਨੀਅਨ, ਟੈਕਸੀ ਯੂਨੀਅਨ ਇੱਥੇ ਪਹੁੰਚ ਰਹੀਆਂ ਨੇ, ਸਮਰਥਨ ਦਿੱਤਾ। ਲੱਗਦਾ ਕਿ ਹੋਰ ਆਮ ਲੋਕ ਵੀ, ਆਮ ਲੋਕ ਨਿੱਤ ਦੇ ਨਹੀਂ ਇੱਥੇ ਆਉਂਦੇ ਸੀਗੇ, ਜਿੱਦਣ ਦੇ ਬੈਠੇ ਹਾਂ ਖਾਣ ਪੀਣ ਦਾ ਸਮਾਨ ਲੈ ਕੇ ਆਉਂਦੇ ਸੀ ਲੋਕਾਂ ਦੇ, ਇੱਥੇ ਜੋ ਅਸੀਂ ਵੰਡਦੇ ਰਹੇ ਹੁਣ ਤੱਕ ਉਹ ਲੋਕ ਹੀ ਦੇ ਕੇ ਜਾਂਦੇ ਰਹੇ ਆ। ਅਸੀਂ ਧੰਨਵਾਦ ਕਰਦੇ ਉਹਨਾਂ ਦਾ, ਕਈ ਹਰ ਇੱਕ ਬੰਦਾ ਜੁੜਿਆ, ਕੋਈ ਕਿਸ ਤਰ੍ਹਾਂ ਜੁੜਿਆ, ਕੋਈ ਕਿਸ ਤਰ੍ਹਾਂ ਜੁੜਿਆ, ਔਰ ਇਸ ਸਾਡੇ ਮੋਰਚੇ ਨਾਲ ਤਕਰੀਬਨ ਸਾਰੀ ਜਨਤਾ ਜੁੜੀ ਹੋਈ। ਫੈਸਲਾ ਪੱਕਾ? ਫੈਸਲਾ ਬਿਲਕੁਲ ਪੱਕਾ ਜੀ, ਕੱਲ੍ਹ ਤਾਲੇ ਲਾਵਾਂਗੇ ਜੀ, ਸਾਡਾ ਫੈਸਲਾ ਵਾ, ਅਸੀਂ ਲਾਵਾਂਗੇ ਤਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੰਦਰਵੀਰ ਸਿੰਘ ਕਾਦੀਆਂ, ਪ੍ਰਧਾਨ ਮਾਲਵਾ ਜ਼ੋਨ, ਭਾਰਤੀ ਕਿਸਾਨ ਯੂਨੀਅਨ ਦੁਆਬਾ। ਸਰ, ਪਹਿਲੇ ਦਿਨ ਤੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਹੜੇ ਦਿਨ ਤਾਲਾ ਲਾਉਂਦੇ? ਅਸੀਂ ਕੱਲ੍ਹ ਨੂੰ ਜੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਸੀਗਾ ਇਹਨਾਂ ਨੂੰ ਵੀ ਪ੍ਰਸ਼ਾਸਨ ਆਊਗਾ, ਕੋਈ ਗੱਲਬਾਤ ਕਰੂਗਾ, ਪਰ ਕੋਈ ਨਹੀਂ ਆਇਆ। ਇੱਥੇ SDM ਸਾਹਿਬ ਤੋਂ ਬਾਅਦ ਕੱਲ੍ਹ IG ਸਾਹਿਬ ਆਏ ਸੀਗੇ, ਉਹ ਕਹਿੰਦੇ ਵੀ ਅਸੀਂ ਇਹ ਪ੍ਰੋਸੈਸ ਨੂੰ ਹੁਣ ਤੇਜ਼ ਕਰਾਂਗੇ, ਪਰ ਤੇਜ਼ ਕਰਨ ਨਾਲ ਕੀ ਹੋਣਾ ਵੀ ਸਾਡਾ ਹੱਲ ਕਰੋ। ਹੁਣ 30 ਤਰੀਕ ਨੂੰ ਅਸੀਂ ਦੋਨੋਂ ਜਥੇਬੰਦੀਆਂ ਵੱਲੋਂ ਅਸੀਂ ਇਹ ਡਿੱਕਿਆ ਵਾ ਵੀ ਅਸੀਂ ਕੱਲ੍ਹ ਨੂੰ ਇਹਨੂੰ ਤਾਲਾ ਲਾ ਕੇ ਬੰਦ ਕਰਾਂਗੇ। ਸਹਿਯੋਗ ਜੀ ਸਾਰੇ ਟਰੱਕ ਯੂਨੀਅਨ, ਟੈਕਸੀ ਯੂਨੀਅਨ ਪੰਜਾਬ, ਟਰੱਕ ਯੂਨੀਅਨ ਸਾਹਨੇਵਾਲ, ਟਰੱਕ ਯੂਨੀਅਨ ਜਗਰਾਓਂ, ਲੁਧਿਆਣਾ, ਦਰਾਹਾ, ਟੈਂਪੂ ਯੂਨੀਅਨ, ਸਾਰਿਆਂ ਦਾ ਸਾਨੂੰ ਸਹਿਯੋਗ ਆ, ਔਰ ਸਾਰੇ ਵੱਧ ਚੜ੍ਹ ਕੇ ਕੱਲ੍ਹ ਨੂੰ ਇਕੱਠ ਵੱਡਾ ਕਰਨਗੇ। ਇੱਥੇ ਉਸ ਤੋਂ ਬਾਅਦ ਵੀ ਨਜ਼ਰ ਰੱਖੀ ਜਾਊਗੀ ਕਿ ਅੱਜ ਖੋਲਿਆ ਨਾ ਜਾਵੇ ਜਾਂ ਚਲਾਇਆ ਨਾ ਜਾਵੇ ਜਾਂ ਮੀਟਿੰਗ ਤੋਂ ਬਿਨਾਂ ਕੋਈ? ਸਾਡੀ ਮੀਟਿੰਗ ਤੋਂ ਬਗੈਰ ਇਹ ਚਲਾ ਨਹੀਂ ਸਕਦੇ, ਜੇ ਚਲਾਉਣਗੇ ਅਸੀਂ ਦੇਖਾਂਗੇ ਫਿਰ ਇਹਨਾਂ ਨੂੰ। ਦੇਖੋ ਜੀ, ਅਸੀਂ ਤਾਂ ਉਹ ਸਾਡੇ ਹੀ ਭਰਾ ਹਨ, ਅਸੀਂ ਉਹਨਾਂ ਨੂੰ ਇਹ ਕਿਹਾ ਵੀ ਅਸੀਂ ਤੁਹਾਡੇ ਨਾਲ ਹਾਂ, ਜਿੱਥੇ ਸਾਡੀ ਸਹਿਯੋਗ ਦੀ ਲੋੜ ਆ ਅਸੀਂ ਤੁਹਾਡੇ ਨਾਲ ਖੜਾਂਗੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕਿਤੇ ਨਾ ਕਿਤੇ ਅਸੀਂ ਐਡਜਸਟ ਕਰ ਸਕਦੇ ਹੋਈਏ, ਉਹ ਅਸੀਂ ਤੁਹਾਡੇ ਨਾਲ ਭਰਾ ਤੌਰ 'ਤੇ ਖੜੇ ਹਾਂ, ਭਾਈਚਾਰੇ। ਲੱਗਦਾ ਜੀ ਮੇਨ ਟੋਲ ਦਰਾਂ ਦੇ ਵਿੱਚ ਜਿਹੜਾ ਵਾਧਾ ਉਹਨੂੰ ਲੈ ਕੇ ਹੀ ਹੈ? ਬਿਲਕੁਲ ਜੀ, ਆਹ ਸਾਡੀ ਮੰਗਾਂ ਮੰਨ ਲੈਣ, ਅਸੀਂ ਤਾਂ ਉੱਠ ਕੇ ਜਾਣ ਨੂੰ ਤਿਆਰ ਹਾਂ। ਤੁਸੀਂ ਆਪ ਦੇਖ ਰਹੇ ਹੋ ਇੰਨੀ ਗਰਮੀ 'ਚ ਤੁਸੀਂ ਵੀ ਆਉਂਦੇ ਰਹੇ ਹੋ, ਕਵਰ ਕੀਤਾ, ਇਹਨਾਂ ਨੇ ਕੋਈ ਸਾਰ ਨਹੀਂ ਲਈ। ਉੱਥੇ ਕ੍ਰਿਕਟ ਖੇਡਣਾ ਇਹ ਜ਼ਰੂਰੀ ਸਮਝਦੇ ਆ, ਜਿਹੜੇ ਲੋਕ ਇੱਥੇ ਪਰੇਸ਼ਾਨ ਹੁੰਦੇ ਹਨ ਉਹਨਾਂ ਦਾ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ, ਔਰ ਜਿਹੜੇ ਲੀਡਰ ਹਨ ਉਹ ਤੁਸੀਂ ਦੇਖ ਰਹੇ ਹੋ ਮੌਕੇ ਦੀ ਸਿਆਸਤ ਕਰਦੇ ਆ, ਉਹ ਕੋਈ ਲੋਕਾਂ ਲਈ ਨਹੀਂ ਖੜੇ ਹੈਗੇ, ਉਹਨਾਂ ਨੇ ਮੌਕਾ ਪ੍ਰਸਤੀ ਬਿਆਨ ਦਿੰਦੇ ਆ। ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਹੈ, ਜਿਵੇਂ ਕੱਲ੍ਹ ਵੱਡਾ ਇਕੱਠ ਕੀਤਾ ਜਾ ਰਿਹਾ, ਲੋਕਾਂ ਨੂੰ ਕੀ ਅਪੀਲ ਹੈਗੀ ਇਸ ਸਮਰਥਨ ਦੀ? ਲੋਕਾਂ ਨੂੰ ਮੈਂ ਆਮ ਲੋਕ ਵੈਸੇ ਤਾਂ ਸਾਰੇ ਨਾਲ ਹਨ, ਪਬਲਿਕ ਵੀ ਸਾਰੀ ਨਾਲ ਆ, ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਗਰਮੀ ਜ਼ਰੂਰ ਆ, ਪਰ ਘਰਾਂ 'ਚੋਂ ਨਿਕਲੋ ਔਰ ਆ ਕੇ ਇੱਥੇ ਸਾਡਾ ਸਾਥ ਦਿਓ, ਤਾਂ ਕਿ ਆਪਾਂ ਕੱਲ੍ਹ ਨੂੰ ਇਹਨਾਂ ਨੂੰ ਤਾਲੇ ਲਾ ਕੇ ਇਹ ਜਿਹੜਾ ਗੁੰਡਾ ਟੈਕਸ ਲੈ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ। ਅੱਛਾ, ਸਵਾਲ ਹੈਗਾ ਇੱਕ, ਜਿਹੜੀ ਹੋਰ ਕਿਸਾਨ ਜਥੇਬੰਦੀਆਂ ਹੈਗੀਆਂ ਨੇ, ਹੋਰ ਲੱਖੋਵਾਲ ਯੂਨੀਅਨ ਹੈਗੀ, ਹੋਰ ਹੈਗੀਆਂ, ਉਹ ਕਿਉਂ ਨਹੀਂ ਤੁਹਾਨੂੰ ਸਮਰਥਨ ਦੇ ਰਹੀਆਂ ਇਸ ਮਾਮਲੇ? ਨਹੀਂ ਜੀ, ਸਾਰੇ ਲੋਕ ਆ ਰਹੇ ਹਨ, ਉਹਨਾਂ ਦੇ ਕਈ ਜਥੇਬੰਦੀਆਂ ਦੇ ਬੰਦੇ ਆ ਰਹੇ ਆ ਸਾਡੇ ਕੋਲ, ਅਸੀਂ ਕਿਸੇ ਨੂੰ ਨਹੀਂ ਕਿਹਾ ਤੁਸੀਂ ਨਾ ਆਓ, ਸਾਰਿਆਂ ਨੂੰ ਅਸੀਂ ਤਾਂ ਕਹਿੰਦੇ ਹਾਂ ਭਾਈ ਵੈਲ ਇਹ, ਕਿਉਂਕਿ ਦੇਖੋ ਜੀ ਸਾਰਿਆਂ ਦਾ ਕੰਮ ਆ, ਇਹ ਸਾਂਝਾ ਕੰਮ ਆ, ਸਾਰਿਆਂ ਨੂੰ ਅਸੀਂ ਕਿਸੇ ਨੂੰ ਮੰਗ ਪੱਤਰ ਤਾਂ ਦੇਣਾ ਨਹੀਂ ਵੀ ਆ ਜਾਓ, ਸਾਰਿਆਂ ਨੂੰ ਖੁੱਲ੍ਹਾ ਸੱਦਾ, ਜਿਹੜਾ ਆਉਣਾ ਚਾਹੁੰਦਾ ਵੈਲਕਮ ਆ, ਆ ਸਕਦਾ ਜੀ।
ਧੰਨਵਾਦ। ਸਾਡਾ ਹਫ਼ਤੇ ਤੋਂ ਚੱਲ ਰਿਹਾ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ। ਸਾਡਾ ਜਿੰਨਾ ਵੀ ਡਰਾਈਵਰ ਭਾਈਚਾਰਾ, ਸਾਡੀਆਂ ਪੰਜਾਬ ਦੀਆਂ 3 ਯੂਨੀਅਨ ਚੌਥੀ ਸਾਡੀ ਤਿਆਰ ਹੋ ਚੁੱਕੀ ਹੈ, ਟਰਾਂਸਪੋਰਟ ਇੱਕ ਸਾਂਝਾ ਫਰੰਟ ਸਾਡਾ। ਅਤੇ ਦੇਖੋ ਡਰਾਈਵਰ ਜਿਹੜੇ ਆ, ਸਾਡੀਆਂ ਗੱਡੀਆਂ ਇਕੱਲੀਆਂ ਸਾਡੀਆਂ ਨਹੀਂ ਲੰਘਦੀਆਂ, ਹੋਰ ਪਬਲਿਕ ਵੀ ਬਹੁਤ ਲੰਘਦੇ ਇੱਥੇ। ਕਿਸਾਨ ਜਥੇਬੰਦੀਆਂ ਨੇ ਸੋਚਿਆ, ਸਾਡੇ ਬਾਰੇ ਸੋਚਿਆ, ਉਹਨਾਂ ਦਾ ਤਾਂ ਕੋਈ ਟੋਲ ਪਲਾਜ਼ਾ ਲੱਗਦਾ ਨਹੀਂ। ਸੋ ਜਿਹੜਾ ਇਹ ਟੋਲ ਪਲਾਜ਼ੇ ਦਾ ਦਿਨ ਪਰ ਹਰ ਰੋਜ਼ ਹਰ ਮਹੀਨੇ ਕਦੇ 20 ਰੁਪਏ, ਕਦੇ 50, ਕਦੇ 100, ਸਭ ਤੋਂ ਵੱਧ ਟੋਲ ਪਲਾਜ਼ਾ ਜਿਹੜਾ ਇਸ ਟੋਲ ਪਲਾਜ਼ੇ 'ਤੇ ਸਾਡਾ ਜਿਹੜਾ ਲੁੱਟ ਖਸੁੱਟ ਹੁੰਦੀ ਆ। ਇਹਨਾਂ ਦੇ ਪ੍ਰਤੀ ਅਸੀਂ ਜਿੰਨੀਆਂ ਵੀ, ਕੱਲ੍ਹ ਨੂੰ 30 ਤਰੀਕ ਦੀ ਵੱਡੀ ਕੌਲ ਆ ਸਾਡੀਆਂ, ਅੱਜ ਵੀ ਜਥੇਬੰਦੀਆਂ ਯੂਨੀਅਨ ਆਈਆਂ, ਕੱਲ੍ਹ ਨੂੰ ਫਿਰ ਸਾਡੀ, ਅਸੀਂ ਵੀ ਫਿਰ ਵੀ ਆਵਾਂਗੇ ਸਾਡੇ। ਸੋ ਇਸ ਕਰਕੇ ਇਹ ਲੁੱਟ ਖਸੁੱਟ ਜਿਹੜੀ ਬੰਦ ਕੀਤੀ ਜਾਵੇ। ਤਾਲਾਬੰਦੀ ਦੀ ਤਿਆਰੀ ਹੈ ਜੀ ਤੁਹਾਡੀ? ਤਾਲਾਬੰਦੀ, ਬਿਲਕੁਲ ਤਾਲਾਬੰਦੀ, ਜਿਵੇਂ ਕਿਸਾਨ ਜਥੇਬੰਦੀਆਂ ਕਰਨਗੀਆਂ ਅਸੀਂ ਉਹਨਾਂ ਦੇ ਪੂਰਾ ਡਟ ਕੇ ਸਮਰਥਨ। ਵੱਡੀ ਗਿਣਤੀ 'ਚ ਟੈਕਸੀ ਯੂਨੀਅਨ ਜਿਹੜੀਆਂ, ਦੇਖੋ ਤੁਹਾਡੇ ਸਾਹਮਣੇ ਹੀ, ਅੱਜ ਤੁਸੀਂ ਦੇਖ ਲਓ, ਅੱਜ ਗੱਡੀਆਂ ਕਿਹੜੀ ਨਿਗਾਹ ਮਾਰ ਲਓ ਬੰਦੇ ਆ, ਹੋਰ ਸਾਡੇ ਮੈਂਬਰ ਹਜੇ ਆ ਰਹੇ ਆ ਪਿੱਛੇ, ਅਤੇ ਕੱਲ੍ਹ ਨੂੰ ਤਾਂ ਤੁਸੀਂ ਆਪੇ ਦੇਖ ਲੈਣਾ, ਉਹ ਕਹਿਣ ਦੀ ਲੋੜ ਨਹੀਂ ਕਿ ਸਰਕਾਰਾਂ ਇਹ ਨਾ ਸੋਚਣ ਕਿ ਜੋ ਕਿਸਾਨ ਜਥੇਬੰਦੀਆਂ ਬੈਠੀਆਂ ਇਹਨਾਂ ਦੇ ਨਾਲ ਸਮਰਥਨ ਨਹੀਂ। ਜਿੰਨੀਆਂ ਵੀ ਸਾਡੇ ਗਰੁੱਪ ਬਣੇ ਹੋਏ ਆ, ਯੂਨੀਅਨਾਂ ਦੇ ਯੂਨੀਅਨਾਂ ਬਣੀਆਂ ਹੋਈਆਂ ਹੈਲਪਲਾਈਨਾਂ, ਉਹ ਸਾਰੇ ਹੀ ਸਮਰਥਨ ਦੇ ਵਿੱਚ ਤਿਆਰ। ਤਿੰਨ ਹਫ਼ਤੇ ਲਗਾਤਾਰ ਬੈਠਣੇ, ਪਰ ਹਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਗੱਲਬਾਤ? ਦੇਖੋ ਉਹ ਸੁੱਤੀ ਨੀਂਦ ਆ, ਉਹ ਸਾਡਾ ਤਾਂ ਜਗਾਉਣ ਦਾ ਮਤਲਬ ਬਣਦਾ, ਬਾਕੀ ਜਾਗੇ ਨਾ ਜਾਗੇ, ਸਾਲ ਨਾ ਜਾਗੇ ਤਾਂ ਵੀ ਬੈਠੇ ਰਹਾਂਗੇ। ਕੱਲ੍ਹ ਤੋਂ ਪੱਕੀ ਤਾਲਾਬੰਦੀ ਹੋ ਜਾਣੀ ਆ, ਠੀਕ ਆ? ਉਹ ਤੋਂ ਬਾਅਦ ਸਰਕਾਰ ਸੋਚੇ ਕਿੰਨਾ ਘਾਟਾ ਜਾਂ ਕਿੰਨਾ ਨਫ਼ਾ ਹੁੰਦਾ ਉਹਨੂੰ। ਕੀ ਸਮਾਨ ਤੁਹਾਡੇ ਵੱਲੋਂ ਕਾਫ਼ੀ ਜਿਹੜਾ ਮੰਗਾਇਆ ਗਿਆ, ਟੈਂਟ ਦਾ ਸਮਾਨ ਵੀ ਮੰਗਾਇਆ ਗਿਆ, ਹੋਰ ਵੀ ਹੈ? ਦੇਖੋ ਸਾਡੇ ਵੱਲੋਂ ਤਾਂ ਅਸੀਂ ਤਾਂ ਕੀ ਦੇ ਸਕਦੇ ਹਾਂ ਧਰਨੇ ਵਾਸਤੇ, ਅਸੀਂ ਤਾਂ ਜੋ ਤਿਲ ਫੁੱਲ ਆ ਸਾਡੇ ਡਰਾਈਵਰ ਭਰਾ ਗੱਡੀਆਂ ਦੇ ਵਿੱਚ, ਆਟਾ, ਦਾਲ, ਛੋਲੇ, ਜੋ ਵੀ ਅਸੀਂ ਇੱਥੇ ਦੇ ਸਕਦੇ ਹਾਂ ਉਹ ਲੈ ਕੇ ਆਏ ਹਾਂ। ਬਾਕੀ ਜੋ ਤਿਲ ਫੁੱਲ ਸਾਤੋਂ ਮਨੋ ਤਨੋ ਧਨੋ ਜਿੰਨੀ ਵੀ ਹੋ ਸਕਦੀ ਅਸੀਂ ਸਮਰਥਨ ਦੇਵਾਂਗੇ। ਸਾਡੇ ਪ੍ਰਧਾਨ ਜੀ ਇੱਥੇ ਆਏ ਹੋਏ ਤਕਰੀਬਨ, ਅਤੇ ਸਾਡੇ ਯੂਨੀਅਨ ਦੇ, ਅਸੀਂ ਪੂਰਾ ਡਟ ਕੇ ਸਮਰਥਨ ਕਰਾਂਗੇ। ਸਾਡੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਇਸ ਵਿੱਚ ਸ਼ਮੂਲੀਅਤ ਕਰ ਰਹੀਆਂ, ਪੂਰੇ ਪੰਜਾਬ, ਪੂਰੇ ਇੰਡੀਆ 'ਚ ਆਉਣਗੇ ਜੀ, ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ, ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚੋਂ ਸਾਡੇ, ਅਸੀਂ ਕੌਲ ਦਿੱਤੀ ਹੋਈ ਆ ਕਿ ਜਿਹੜਾ ਇਹ ਟੋਲ ਪਲਾਜ਼ੇ 'ਤੇ, ਇਕੱਲੇ ਇਸ ਟੋਲ ਪਲਾਜ਼ੇ 'ਤੇ ਨਹੀਂ, ਹੋਰ ਟੋਲ ਪਲਾਜ਼ੇ ਵੀ ਲੁੱਟ ਖਸੁੱਟ ਬਹੁਤ ਆ। ਇੱਕ ਇਹਨਾਂ ਦਾ ਮੈਂ ਤੁਹਾਡੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਦਾ ਇਹਨਾਂ ਨੂੰ, ਟੋਲ ਪਲਾਜ਼ੇ ਵਾਲਿਆਂ ਅਤੇ ਸਰਕਾਰਾਂ ਨੂੰ, ਕਿ ਜਿਹੜੀ ਸਾਡਾ ਟੋਲ ਪਲਾਜ਼ੇ ਦੇ ਵਿੱਚ ਗੱਡੀ ਲੰਘਦੀ ਆ, ਇਹਦਾ ਅੱਧੋ ਅੱਧ ਹੋਣਾ ਚਾਹੀਦਾ। ਫਰਜ਼ ਕਰੋ 50 ਪੈਸੇ ਕੱਟ ਲੈਣ, 50 ਵਾਪਸੀ ਦੇ ਕੱਟ ਲੈਣ, ਇਹ ਕੀ ਕਰਦੇ ਆ? ਪਹਿਲਾਂ 75 ਪੈਸੇ ਕੱਟਦੇ ਆ, ਉਸ ਤੋਂ ਬਾਅਦ 25 ਪੈਸੇ ਫਿਰ ਕੱਟਦੇ ਆ। ਨੰਬਰ 2, ਤੁਹਾਡੇ 24 ਘੰਟੇ ਦਾ ਟਾਈਮ ਹੁੰਦਾ ਇਹਦੇ ਵਿੱਚ, ਇਹ ਕੀ ਕਰਦੇ 24 ਘੰਟੇ ਦੇ ਵਿੱਚ ਗੱਡੀ 3 ਵਾਰੀ ਆਵੇ, 4 ਵਾਰੀ, ਇਹਨੇ ਡਬਲ ਕੱਟਣੇ ਆ। ਇਹਦੇ ਬਾਰੇ ਵੀ ਕਾਨੂੰਨ ਹੋਣਾ ਚਾਹੀਦਾ ਕਿ ਜਿਹੜੀ ਗੱਡੀ ਇੱਕ ਵਾਰੀ ਕੱਟ ਗਿਆ ਉਹ 3 ਵਾਰੀ ਲੰਘਦੀ, 4 ਵਾਰ ਦੀ ਉਹਦੇ ਵਿੱਚੋਂ ਸੈਟਿੰਗ ਕਰੋ। ਜੇਬਾਂ 'ਤੇ ਵੱਡਾ ਡਾਕਾ ਪੈਂਦਾ ਸੀ? ਦੇਖੋ ਤੁਹਾਡੇ ਸਾਹਮਣੇ ਆਏ 450 ਦੇ ਕਰੀਬ, 500 ਦੇ ਕਰੀਬ ਇੱਕ ਲੱਖ, ਇੰਨਾ ਤੇਲ ਨਹੀਂ ਲੱਗਦਾ ਜਿਹੜੇ ਲੁਧਿਆਣੇ ਫਲੌਰ ਜਾਣਾ, ਉਹਦੇ ਲਈ ਉਹਨਾਂ ਤੇਲ ਨਹੀਂ ਲੱਗਦਾ ਜਿੱਦਾਂ ਟੋਲ ਪਲਾਜ਼ੇ। ਆਹ ਡੇਲੀ ਇਹਨਾਂ ਦੀ ਗੁੰਡਾਗਰਦੀ ਲੜਾਈ ਹੁੰਦੀ ਆ, ਇੱਕ ਲਾਈਨ ਲੱਗੀ ਹੁੰਦੀ ਅੱਧੇ ਘੰਟੇ ਦੀ, ਅਤੇ ਟੋਲ ਪਲਾਜ਼ਾ ਪੂਰਾ ਲੈਂਦੇ ਆ, ਅਤੇ ਅਸੀਂ ਇਹਦਾ ਪੂਰਾ ਡਟ ਕੇ ਜਿਹੜਾ ਵਿਰੋਧ ਕਰਾਂਗੇ, ਅਤੇ ਇਹਨੂੰ ਪੱਕੇ ਪੂਰਨ ਤੌਰ 'ਤੇ ਬੰਦ ਹੋਵੇਗਾ ਤਾਂ ਅਸੀਂ ਸਮਰਥਨ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ
ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।